ਗਿੱਦੜਵਾਹਾ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਵੱਲੋਂ ਪਲੇਟਫਾਰਮ ਨੰਬਰ 2 ਦੇ ਨਾਲ ਜਾਂਦੇ ਕੱਚੇ ਰਾਹ ਤੋਂ ਲੰਘਦੇ ਦੋ ਪਹੀਆ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ, ਜਿਸ ਤੋਂ ਬਾਅਦ ਉੱਥੇ ਮਾਹੌਲ ਕਾਫੀ ਗਰਮਾ ਗਿਆ। ਰੇਲਵੇ ਸਟੇਸ਼ਨ ਦੇ ਪਾਰ ਰਹਿੰਦੇ ਗਿੱਦੜਵਾਹਾ ਪਿੰਡ ਵਾਸੀ ਅਤੇ ਮੁਹੱਲਾ ਬੈਂਟਾਬਾਦ ਦੇ ਵਾਸੀਆਂ ਨੇ ਇਸ ਗੱਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਦਰਅਸਲ ਇਸ ਜਗ੍ਹਾ ਦੇ ਵੱਲ ਨੂੰ ਰਸਤਾ ਆਉਣ ਤੇ ਰੋਕਣ ਦੇ ਲਈ ਕੰਧ ਬਣੀ ਹੋਈ ਹੈ, ਪਰ ਉਹ ਕੰਧ ਜਗ੍ਹਾ ਜਗ੍ਹਾ ਤੋਂ ਟੁੱਟੀ ਹੋਈ ਹੈ, ਜਿਸ ਕਰਕੇ ਲੋਕ ਇਸ ਰਸਤੇ ਦਾ ਇਸਤੇਮਾਲ ਆਪਣੀ ਮੰਜ਼ਿਲ ਤੱਕ ਪਹੁੰਚਣ ਦੇ ਲਈ ਕਰਦੇ ਨੇ। ਚੁੰਨੀ ਲਾਲ ਸਬ ਇੰਸਪੈਕਟਰ ਜੀ, ਦਿੱਕਤ ਕਿਆ ਆ ਰਹੀ ਹੈ ਯਹਾਂ ਪਰ ਜੋ ਲੋਗੋਂ ਕਾ ਜਮਘਟ ਲਗਾ ਹੁਆ ਹੈ ਕਿ ਯਹਾਂ ਪਰ ਬਾਈਕ ਵਗੈਰਾ ਗੁਜ਼ਰ ਰਹੇ ਹੈ ਰੇਲਵੇ ਪਲੇਟੀ ਕੇ ਸਾਥ ਮੇਂ। ਤੋ ਕਿਆ ਹਮ ਇਨ ਪਲੇਟੀ ਵਾਲੋਂ ਕੋ ਯਹਾਂ ਪਰ ਹਿਦਾਇਤ ਦੇ ਰਹੇ ਹੈਂ ਯਹਾਂ ਸੇ ਨਹੀਂ ਨਿਕਲੇ ਜੋ ਯਹਾਂ ਰੇਲਵੇ ਇਸ ਪਹਦੂਦ ਬਣੀ ਹੈ ਜੋ। ਸਰ ਆਪ ਦੋਨੋਂ ਤਰਫ ਦੇਖ ਰਹੇ ਹੋ ਰੇਲਵੇ ਕੇ ਪਲੇਟੀ ਕੇ ਦੋਨੋਂ ਔਰ ਦਾਈ ਔਰ ਬਾਈ ਔਰ ਕਹੀਂ ਵੀ ਰੇਲਵੇ ਦੁਆਰਾ ਕੋਈ ਵੀ ਦੀਵਾਰ ਵਗੈਰਾ ਨਹੀਂ ਕੀ ਗਈ ਹੈ? ਦੀਵਾਰ ਤੋ ਹੋਤੇ ਦੀਵਾਰ ਹੋ ਰਹੀ ਹੈ, ਦੀਵਾਰ ਲੱਗੀ ਹੋਈ ਹੈ, ਜਗ੍ਹਾ ਜਗ੍ਹਾ ਇਨ ਲੋਗੋ ਨੇ ਤੋੜ ਰੱਖੀ, ਯਹਾਂ ਕੇ ਰਹਿਣੇ ਵਾਲੇ ਲੋਕ ਆਦਮੀ ਹੋਣ ਜੋ। ਸਰ ਤੋੜਨੇ ਕੇ ਬਾਰੇ ਮੇਂ ਕਭੀ ਆਪਕੋ ਸਟੇਸ਼ਨ ਸੁਪਰਡੈਂਟ ਨੇ ਬਤਾਇਆ ਹੈ ਕਿ ਇਸਕੋ ਦੁਬਾਰਾ ਕੋ ਤੋੜ ਦਿਆ ਗਿਆ ਹੈ? ਸਟੇਸ਼ਨ ਸੁਪਰਡੈਂਟ, ਇਹ ਸਟੇਸ਼ਨ ਸੁਪਰਡੈਂਟ ਕੀ ਡਿਊਟੀ ਹੈ ਜਨਾਬ ਜੋ, ਇਹ IW ਸੇ ਕਹਿ ਕੇ ਜੋ ਹੈ ਇਸਕੋ ਬਣਵਾਤਾ, ਹੋ ਸਕੇ ਇਹਨਾਂ ਨੇ ਜੋ ਵੋ ਦੇ ਰੱਖੀ ਹੋ। ਸਰ ਬੈਂਟਾ ਦੀ ਜੋ ਮੁੱਖ ਗਲੀ ਹੈ ਉਹ ਬਹੁਤ ਸਾਲੋਂ ਸੇ ਚੱਲ ਰਹੀ ਹੈ ਉਸੀ ਪ੍ਰਕਾਰ ਸੇ, ਵਹਾਂ ਸੇ ਵਹੀਕਲ ਵਗੈਰਾ ਵੀ ਗੁਜ਼ਰਤੇ ਹੈਂ, ਉਸਕੋ ਤੋ ਸਰ ਕਭੀ ਰੇਲਵੇ ਨੇ ਬੰਦ ਨਹੀਂ ਕੀਆ? ਰੇਲਵੇ ਬੰਦ ਨਹੀਂ ਕੀਆ ਸਰ, ਵਹਾਂ ਸੇ ਵਹੀਕਲ ਜੋ ਗੁਜ਼ਰਤੇ ਹੈ ਬੈਂਟਾਬਾਦ ਕੀ ਮੁੱਖ ਗਲੀ ਸੇ, ਵਹਾਂ ਪਰ ਤੋ ਕਭੀ ਵੀ ਰੇਲਵੇ ਨੇ ਉਸਕੋ ਰੋਕਨੇ ਕੀ ਕੋਸ਼ਿਸ਼ ਨਹੀਂ ਕੀ? ਨਹੀਂ, ਹਮ ਤੋ ਜੋ ਹੈ ਯਹਾਂ ਪਰ ਰੋਕਣੇ ਕੇ ਲਈ ਸੁਝਾਵ ਦੇਣੇ ਕੇ ਲਈ ਲੋਕੋ ਕੋ ਆਤੇ ਹੈ, ਪਰ ਜੋ ਯਹਾਂ ਸੇ ਗੁਜ਼ਰੇ ਨਹੀਂ। ਹਾਂ ਲੇਕਿਨ ਆਪ ਤੋ ਵੀ ਚਲਾਨ ਕੱਟ ਰਹੇ ਹੋ ਨਾ? ਹਾਂ ਤਾਂ ਚਲਾਨ ਕੱਟ ਰਹੇ, ਤਭੀ ਤੋ ਲੋਕ ਸੁਧਰੇਂਗੇ ਨਾ, ਤਭੀ ਤੋ ਯੇ ਹੈ ਨਾ ਜਰਾ। ਸਰ ਰੇਲਵੇ ਕੇ ਸੁਧਾਰ ਕੀ ਆਪ ਬਾਤ ਨਹੀਂ ਕਰ ਰਹੇ ਹੈ, ਉਸਕੇ ਬਾਰੇ ਮੇਂ ਆਪ ਬੋਲ ਰਹੇ ਹੈ ਕਿ ਉਹ ਸਟੇਸ਼ਨ ਸੁਪਰਡੈਂਟ ਬਤਾਏਂਗੇ ਆਪਕੋ? ਨਹੀਂ, ਵੋ ਤੋ IW ਜੋ ਹੈ ਉਸਸੇ ਕਾਮ ਕਰਵਾ ਲੇ, ਉਸਸੇ ਪੁੱਛੋ ਨਾ, ਜੋ ਸੁਪਰਡੈਂਟ ਸੇ ਪੁੱਛੋ, ਯੇ ਤੋ ਇਸਕਾ ਜਵਾਬ ਤੋ ਸੁਪਰਡੈਂਟ ਦੇਗਾ, ਯੇ ਦੀਵਾਰ ਕਰ ਰਹੇ ਹੈ ਬਾਰੇ ਮੇਂ। ਸਰ ਆਪਕੇ ਅਕੋਰਡਿੰਗ ਜੋ ਹੈ ਕਿ ਵਹਾਂ ਪਰ ਕੋਈ ਆਪਣਾ ਸੂਚਨਾ ਪੱਟ ਲਗਾਤੇ ਲੋਕ ਜੋ ਯੇ ਲਗਾਤੇ ਹੈ ਜੀ, ਇੰਸਟ੍ਰਕਸ਼ਨ ਜੋ ਦੇਤੇ ਹੈ ਲਿਖਤੇ ਹੈ ਵਹਾਂ ਪਰ ਜੋ ਯਹਾਂ ਪਰ ਜੋ ਹੈ ਲਗਾਇਆ ਹੋਗਾ, ਆਪ ਜੋ ਸਟੂਡੈਂਟ ਹੈ ਯੇ ਡਾਇਰੈਕਸ਼ਨ ਲਗਵਾਤਾ ਹੈ, ਯੇ ਪੋਲ ਲਗਵਾਤਾ ਹੈ, ਪੋਲ ਯੇ ਲੋਕ ਜੋ ਤੋੜ ਦੇਤੇ ਹੈ। ਅਰੇ ਨਹੀਂ, ਹਮ ਬਤਾ ਰਹੇ ਜੋ ਹੈ ਹਰ ਜਗ੍ਹਾ ਇੰਸਟ੍ਰਕਸ਼ਨ ਹੋਤੇ ਹੈ, ਯੇ ਰੋਡ ਕੇ ਉੱਪਰ ਵੀ ਜੰਪ ਪੇ ਵੀ ਹਰ ਜਗ੍ਹਾ ਜੋ ਹੋਤੇ ਇੰਸਟ੍ਰਕਸ਼ਨ ਜੋ। ਠੀਕ ਹੈ ਜੀ, ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ, ਪਿੰਡ ਗਿੱਦੜਵਾ। ਦਿੱਕਤ ਸਾਨੂੰ ਇਹ ਆ ਰਹੀ ਹੈ ਜੀ ਵੀ ਅਸੀਂ ਇੱਥੋਂ ਦੀ ਬਾਈਕ ਲੰਘਾਉਂਦੇ ਹਾਂ ਜੀ ਅਸੀਂ ਆਪਦੀ, ਠੀਕ ਹੈ, ਸਾਨੂੰ ਇਹ ਪੁਲਿਸ ਵਾਲੇ ਪਰੇਸ਼ਾਨ ਕਰਦੇ ਆ, ਦੂਜੇ ਤੀਜੇ ਦਿਨ ਆ ਕੇ ਇੱਥੇ ਨਾਕਾ ਲਾ ਕੇ ਖੜ ਜਾਂਦੇ ਆ, ਸਾਨੂੰ ਚਲਾਨ ਕੱਢਦੇ ਆ, ਕਹਿੰਦੇ ਆ ਵੀ ਇੱਥੋਂ ਦੀ ਤੁਸੀਂ ਮੋਟਰਸਾਈਕਲ ਨਹੀਂ ਲੰਘਾ ਸਕਦੇ। ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਵੀ ਜਾਂ ਇੱਥੇ ਕੰਧਾਂ ਕੱਢੀਆਂ ਜਾਣ ਜਾਂ ਲਿਖ ਕੇ ਕੋਈ ਬੋਰਡ ਲਾਇਆ ਜਾਵੇ, ਸਾਨੂੰ ਕੀ ਵੀ ਕੋਈ ਦਿੱਕਤ ਨਾ ਆਵੇ। ਸਾਡਾ ਇੱਕ ਭਾਈ ਹੈ, ਇਹ ਆਪਦੀ ਵਾਈਫ ਨੂੰ ਲੈ ਕੇ ਜਾ ਰਿਹਾ ਸੀਗਾ, ਇਹਨੂੰ ਰੋਕਿਆ, ਡੇਢ ਘੰਟਾ ਇਹਨੂੰ ਪਰੇਸ਼ਾਨ ਕੀਤਾ, ਨਾਲੇ ਦਾ ਚਲਾਨ ਕੱਟਿਆ, ਫਿਰ ਇਹਨੂੰ ਜਾਣ ਦਿੱਤਾ ਗਿਆ। ਠੀਕ ਹੈ, ਜਿਹੜੇ ਕਿ ਹੁਣ ਮੰਨ ਲਓ ਉੱਥੇ ਕਾਰਾਂ ਲੰਘਾਉਂਦੇ ਆ, ਪ੍ਰਾਈਵੇਟ ਚਾਬੀਆਂ ਦਿੱਤੀਆਂ ਹੋਈਆਂ ਇਹਨਾਂ ਨੇ ਬੰਦਿਆਂ ਨੂੰ, ਠੀਕ ਹੈ, ਇਹ ਜਾਣ ਬੁੱਝ ਕੇ ਚਲਾਨ ਕਰਦੇ ਆ, ਸਾਨੂੰ ਪਰੇਸ਼ਾਨ ਕਰਦੇ ਆ ਜੀ। ਕੋਈ ਬੋਰਡ ਨਹੀਂ ਲੱਗਿਆ ਜੀ, ਕੋਈ ਕੈਮਰਾ ਨਹੀਂ, ਕੋਈ ਕੁਛ ਨਹੀਂਗਾ ਜੀ, ਇਹ ਦੂਜੇ ਤੀਜੇ ਦਿਨ ਇੱਥੇ ਆ ਕੇ ਬਹਿ ਜਾਂਦੇ ਆ ਅਤੇ ਸਾਡੇ ਜਾਣ ਕੇ ਚਲਾਨ ਕੱਢਦੇ ਆ ਜੀ ਸਾਡੇ। ਅੱਜ ਕੀ ਹੋਇਆ? ਅੱਜ ਦਾ ਮਸਲਾ ਇਹੀ ਹੈ ਜੀ, ਅਸੀਂ ਇੱਥੋਂ ਲੰਘ ਰਹੇ ਸੀਗੇ, ਸਾਨੂੰ ਰੋਕ ਕੇ ਕਿਸੇ ਦਾ ਮੋਬਾਈਲ ਖੋਇਆ ਗਿਆ, ਇੱਥੇ ਬੰਦਾ ਸਾਡੇ ਕੋਲ ਹੈਗਾ, ਉਹਦਾ ਮੋਬਾਈਲ ਵੀ ਖੋਲਿਆ ਗਿਆ, ਉਹਦੇ ਕੋਲ ਉਹ ਬੰਦਾ ਕਹਿੰਦਾ ਵੀ ਮੈਂ ਚਲੋ ਕਾਗਜ਼ ਲਿਆਉਣਾ, ਮੋਟਰਸਾਈਕਲ ਵੀ ਉਸ ਬੰਦੇ ਦਾ ਸਾਡੇ ਦਾ ਬਾਉਂਡ ਕੀਤਾ ਹੋਇਆ ਜੀ, ਠੀਕ ਹੈ, ਆਹ ਬੰਦਾ ਜੰਡੀਆਂ ਤੋਂ ਚਾਬੀ ਦੇਣ ਆਇਆ, ਲੈਣ ਆਇਆ ਸੀ ਵੀਰ, ਇਹਦਾ ਵੀ ਮੋਟਰਸਾਈਕਲ ਨੂੰ ਜ਼ਬਰਦਸਤੀ ਰੱਖ ਲਿਆ ਜੀ ਇੱਥੇ। ਗਿੱਦੜਵਾਹਾ ਤੋਂ ਸੋਨੀ ਡੱਲਾ ਦੀ ਰਿਪੋਰਟ, ਜਗਤ ਸੇਵਕ, ਵੈਬ TV।
ਆਡੀਓ ਜੰਗਲ।